ਲੋਕ ਸਭਾ ਚੋਣਾਂ 2019 ਦੇ 23 ਮਈ ਨੂੰ ਆਏ ਨਤੀਜਿਆਂ ਤੋਂ ਬਾਅਦ 24 ਮਈ ਤੋਂ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਫਿਰੋਜ਼ਪੁਰ ਲੋਕ ਸਭਾ ਹਲਕੇ ਵਾਸਤੇ ਪਈਆਂ ਵੋਟਾਂ ਦੀ ਗਿਣਤੀ ਦਾ ਹਿਸਾਬ ਕਿਤਾਬ ਹੱਥ ਲਿਖਤ ਨਾਲ ਕੀਤਾ ਗਿਆ ਹੈ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਮੌਜੂਦ ਕੁੱਲ ਵੋਟਰਾਂ ਨਾਲੋਂ ਵੱਧ ਵੋਟਾਂ ਭੁਗਤ ਗਈਆਂ ਹਨ। ਕਿ ਇਹ ਹਿਸਾਬ ਕਿਤਾਬ ਠੀਕ ਹੈ ਕਿ ਸੱਚਮੁੱਚ ਮਸ਼ੀਨ ਵਿੱਚ ਗੜਬੜ ਕਰਕੇ ਸੁਖਬੀਰ ਬਾਦਲ ਨੇ ਸ਼ੇਰ ਸਿੰਘ ਘੁਬਾਇਆ ਨੂੰ ਹਰਾਇਆ ਹੈ ਕਿ ਇਹ ਤਸਵੀਰ ਦੀ ਪਿੱਛੇ ਦੀ ਸੱਚਾਈ ਆਓ ਤੁਹਾਨੂੰ ਦੱਸਦੇ ਹਾਂ। ਇਹ ਪਰਚਾ ਦੱਸਦਾ ਹੈ ਕਿ ਫਿਰੋਜ਼ਪੁਰ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 11,37,000 ਹੈ, ਜਦਕਿ 19 ਮਈ ਨੂੰ ਉਮੀਦਵਾਰਾਂ ਨੂੰ ਪਈਆਂ ਕੁੱਲ ਵੋਟਾਂ ਦੀ ਗਿਣਤੀ 11,72,033 ਹੈ, ਯਾਨੀ ਕਿ 35,000 ਵੋਟਾਂ ਜ਼ਿਆਦਾ ਪੈਣ ਦਾ ਦਾਵਾ ਕੀਤਾ ਜਾ ਰਿਹਾ। ਜਿਸਨੇ ਵੀ ਇਹ ਹਿਸਾਬ ਕਿਤਾਬ ਕੀਤਾ ਹੈ ਉਸਦਾ ਹਿਸਾਬ ਬਹੁਤ ਕੱਚਾ ਹੈ ਅਤੇ ਉਸਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਬਾਰੇ ਬਿਲਕੁਲ ਜਾਣਕਾਰੀ ਨਹੀਂ ਹੈ। ਇਹ ਪੂਰੀ ਤਰ੍ਹਾਂ ਗਲਤ ਜੋੜ ਘਟਾਓ ਹੈ। ਆਓ ਤੁਹਾਨੂੰ ਦੱਸਦੇ ਹਾਂ ਅਸਲੀਅਤ ਕੀ ਹੈ। ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਜਿਸ ਵਿੱਚ ਫਿਰੋਜ਼ਪੁਰ ਹਲਕੇ ਵਿੱਚ ਫਿਰੋਜ਼ਪੁਰ ਸ਼ਹਿਰੀ, ਫਿਰੋਜ਼ਪੁਰ ਦਿਹਾਤੀ, ਗੁਰੂ ਹਰ ਸਹਾਏ, ਜਲਾਲਾਬਾਦ, ਫਾਜ਼ਿਲਕਾ, ਅਬੋਹਰ, ਬੱਲੂਆਣਾ, ਮਲੋਟ, ਮੁਕਤਸਰ ਵਿਧਾਨ ਸਭਾ ਹਲਕੇ ਪੈਂਦੇ ਨੇ। ਚੋਣ ਕਮਿਸ਼ਨ ਮੁਤਾਬਕ 2009 ਦੀਆਂ ਲੋਕ ਸਭਾ ਚੋਣਾਂ ਵੇਲੇ ਫਿਰੋਜ਼ਪੁਰ ਦੇ ਕੁੱਲ ਵੋਟਰਾਂ ਦੀ ਗਿਣਤੀ 13,42,488 ਸੀ। ਇਸੇ ਤਰ੍ਹਾਂ ਚੋਣ ਕਮਿਸ਼ਨ ਮੁਤਾਬਕ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਫਿਰੋਜ਼ਪੁਰ ਦੇ ਵੋਟਰਾਂ ਦੀ ਕੁੱਲ ਗਿਣਤੀ 15,22,111 ਸੀ, ਯਾਨੀ ਕਿ 5 ਸਾਲਾਂ ਦੌਰਾਨ ਕਰੀਬ 1,79,623 ਵੋਟਰਾਂ ਦੀ ਗਿਣਤੀ ਵਧੀ। ਚਲੋ ਇਸ ਹਿਸਾਬ ਨਾਲ ਇੱਕ ਅੰਦਾਜ਼ਾ ਲਾਉਂਦੇ ਹਾਂ, ਮੰਨ ਲੈਂਦੇ ਹਾਂ ਕਿ 2014 ਤੋਂ 2019 ਦੌਰਾਨ 5 ਸਾਲਾਂ ਵਿੱਚ ਵੀ 1,79,623 ਹੀ ਵੋਟਰਾਂ ਦੀ ਗਿਣਤੀ ਵਧੀ ਹੋਵੇਗੀ। ਤਾਂ ਉਸ ਹਿਸਾਬ ਨਾਲ 2019 ਵਿੱਚ ਕੁੱਲ ਵੋਟਰਾਂ ਦੀ ਗਿਣਤੀ ਕਰੀਬ 15,22,111 ਜਮ੍ਹਾਂ 1,79,623 ਬਰਾਬਰ 17,01,734 ਬਣਦੀ ਹੈ। ਇਸ ਵਾਰ 68.99% ਪੋਲਿੰਗ ਹੋਈ ਹੈ, ਜੋ ਕਿ 11,72,324 ਬਣਦੀ ਹੈ। ਹੁਣ ਜੇ ਇਸ ਵਾਰ ਪਈਆਂ ਕੁੱਲ ਵੋਟਾਂ ਦੀ ਗਿਣਤੀ ਦੇਖੀਏ ਤਾਂ ਇਹ 11,72,033 ਜੋ ਕਿ ਬਿਲਕੁਲ ਸਾਡੇ ਲਾਏ ਹੋਏ ਅੰਦਾਜ਼ੇ ਦੇ ਨੇੜੇ ਪਹੁੰਚ ਜਾਂਦੀ ਹੈ। ਇਸ ਹਿਸਾਬ ਨਾਲ ਇਸ ਵੇਲੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਕੁੱਲ ਵੋਟਰਾਂ ਦੀ ਗਿਣਤੀ 17,01,310 ਦੇ ਨੇੜੇ ਤੇੜੇ ਬਣਦੀ ਹੈ। ਸੋ ਜਿਹੜੇ ਵੀ ਸੱਜਣ ਨੇ ਉੱਪਰ ਦਿੱਤੇ ਪਰਚੇ ਵਿੱਚ ਹਿਸਾਬ ਕਿਤਾਬ ਲਗਾਇਆ ਹੈ ਉਹ ਗਲਤ ਹੈ। ਇਹ ਠੀਕ ਹੈ ਕਿ ਪੰਜਾਬ ਵਾਸੀਆਂ ਦੇ ਇੱਕ ਵੱਡੇ ਹਿੱਸੇ ਵਿੱਚ ਬਾਦਲ ਪਰਿਵਾਰ ਅਤੇ ਖਾਸ ਕਰ ਸੁਖਬੀਰ ਬਾਦਲ ਦੇ ਖਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ, ਪਰ ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਕੁਝ ਲੋਕ ਇਸ ਰੋਸ ਦਾ ਫਾਇਦਾ ਆਪਣੀ ਸਿਆਸਤ ਨੂੰ ਚਮਕਾਉਣ ਲਈ ਚੁੱਕ ਰਹੇ ਨੇ। ਇਸ ਲਈ ਲੋਕਤੰਤਰ ਵਿੱਚ ਜਿੱਥੇ ਤੁਹਾਨੂੰ ਆਪਣਾ ਰੋਸ ਪ੍ਰਗਟ ਕਰਨ ਦਾ ਪੂਰਾ ਹੱਕ ਹੈ, ਉੱਥੇ ਹੀ ਤੁਹਾਡਾ ਅਸਲੀ ਅਤੇ ਨਕਲੀ ਖਬਰਾਂ ਬਾਰੇ ਜਾਗਰੂਕ ਹੋਣਾ ਅਤੇ ਉਸ ਹਿਸਾਬ ਨਾਲ ਸਹੀ ਫੈਸਲਾ ਲੈਣਾ ਵੀ ਲਾਜ਼ਮੀ ਹੈ। ਜੇ ਤੁਹਾਡੇ ਕੋਲ ਵੀ ਕੋਈ ਅਜਿਹੀ ਖਬਰ, ਤਸਵੀਰ, ਆਡੀਓ ਜਾਂ ਵੀਡੀਓ ਹੈ ਜਿਸ ਦੀ ਸੱਚਾਈ ਤੁਸੀਂ ਪਤਾ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਉਹ ਸਾਨੂੰ zordartimes@gmail.com 'ਤੇ ਈਮੇਲ ਕਰ ਦਿਓ। ਅਸੀਂ ਪੜਤਾਲ ਕਰਕੇ ਤੁਹਾਨੂੰ ਅਤੇ ਸਾਰੇ ਪਾਠਕਾਂ ਨੂੰ ਉਸ ਖਬਰ ਦੀ ਸੱਚਾਈ ਦੱਸਾਂਗੇ। ਜੇ ਤੁਸੀਂ ਕਹੋਗੇ ਤਾਂ ਤੁਹਾਡਾ ਨਾਮ ਗੁਪਤ ਰੱਖਿਆ ਜਾਵੇਗਾ। ਸੋ ਜੇ ਤੁਹਾਨੂੰ ਇਹ ਸੂਚਨਾ ਪਸੰਦ ਆਈ, ਇਹ ਜਾਣਕਾਰੀ ਪਸੰਦ ਆਈ ਤਾਂ ਤੁਹਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਦਿਓ, ਬੈਲ ਵਾਲਾ ਆਈਕਨ ਦਬਾਉਣਾ ਨਾ ਭੁੱਲਣਾ। ਦੇ ਨਾਲ ਹੀ ਸਾਨੂੰ ਫੇਸਬੁੱਕ ਅਤੇ ਟਵਿੱਟਰ ਦੇ ਉੱਤੇ ਫੋਲੋ ਕਰੋ ਅਤੇ ਤੁਸੀਂ ਸਾਡੇ ਰੇਡੀਓ ਪ੍ਰੋਗਰਾਮ ਸਟਿਚਰ, ਆਈਟਿਊਨਸ ਅਤੇ ਸਪੋਟੀਫਾਈ 'ਤੇ ਵੀ ਸੁਣ ਸਕਦੇ ਹੋ।